हेलो डियर स्टूडेंट्स वेलकम बैक टू माय YouTube चैनल सो so, इस वीडियो ਦੇ ਵਿੱਚ ਬੱਚੇ ਅਸੀਂ ਕਲਾਸ 11th ਦੀ ਯੂਨਿਟ ਨੰਬਰ 6 ਗ੍ਰੈਵਿਟੇਸ਼ਨ ਦੇ ਨਿਊਮੈਰੀਕਲਸ ਡਿਸਕਸ ਕਰਾਂਗੇ ਸੋ ਲਾਸਟ ਵੀਡੀਓ ਦੇ ਵਿੱਚ ਬੱਚੇ ਅਸੀਂ ਕੁਝ ਨਿਊਮੈਰੀਕਲਸ ਕਰ ਚੁੱਕੇ ਹਾਂ ਸੋ ਇਹ ਵਾਲੇ ਬੱਚੇ ਕੁਐਸਚਨਸ ਅਸੀਂ ਐਕੂਰੇਟ ਦੀ ਬੁੱਕ ਦੇ ਵਿੱਚੋਂ ਕਰ ਰਹੇ ਹਾਂ ਸੋ ਫਰਸਟ ਕੁਐਸਚਨ ਬੱਚੇ ਤੁਸੀਂ ਦੇਖ ਸਕਦੇ ਆ ਅ ਸਫੇਅਰ ਆਫ ਮਾਸ 40 kg ਇਜ਼ ਅਟ੍ਰੈਕਟਡ ਬਾਈ ਦ ਅ ਸੈਕੰਡ ਸਫੇਅਰ ਆਫ ਮਾਸ 80 केजी ਸੋ ਬੱਚੇ ਸਾਡੇ ਕੋਲ ਦੋ ਮਾਸਸਿਸ গিਵਨ ਆ m1 ਐਂਡ m2 ਵਿਦ ਅ ਫੋਰਸ ਇਕੁਅਲ ਟੂ weight 1/4 ਆਫ ਦਾ ਮਿਲੀਗ੍ਰਾਮ ਸੋ ਬੱਚੇ ਸਾਨੂੰ ਸੈਕੰਡ ਵਨ ਜਿਹੜਾ ਆ ਸਾਨੂੰ weight গিਵਨ ਹੈ ਵੈਨ देयर ਸੈਂਟਰ ਆਰ 30 ਸੈਂਟੀਮੀਟਰ ਅਪਾਰਟ ਬੱਚੇ ਜਿਹੜਾ ਸੈਂਟਰ ਆ ਮਤਲਬ ਕਿ ਤੁਹਾਨੂੰ ਡਿਸਟੈਂਸ গিਵਨ ਆ r 30 ਸੈਂਟੀਮੀਟਰ ਸੋ so, 30 ਸੈਂਟੀਮੀਟਰ ਨੂੰ ਪਹਿਲਾਂ ਬੱਚੇ ਮੀਟਰਸ ਕਨਵਰਟ ਕੀਤਾ ਡਿਵਾਈਡਡ ਬਾਈ 100 ਕਰ ਦਿੱਤਾ ਜਦੋਂ ਇਹਨੂੰ ਸੋਲਵ ਕਰਾਂਗੇ ਤਾਂ 0.3 ਮੀਟਰ ਸੋ ਬੱਚੇ ਇਸ ਬੁੱਕ ਦੇ ਵਿੱਚ ਮੀਟਰ ਨੂੰ ਸੈਂਟੀਮੀਟਰ ਵਿੱਚ ਕਨਵਰਟ ਕਿੱਦਾਂ ਕਰਨਾ ਹੈ ਜਾਂ ਛੋਟੇ-ਛੋਟੇ ਸਟੈਪਸ ਤੋਂ ਉਹ ਹਰ ਇੱਕ ਜਿਹੜੇ ਆ ਮਿਲ ਜਾਣਗੇ ਸੋ ਨੈਕਸਟ ਸਟੈਪ ਬੱਚੇ ਹੁਣ ਤੁਹਾਨੂੰ ਫੋਰਸ 기ਵਨ ਆ 1 over 4 mg weight ਸੋ so, mg ਮਿਲੀਗ੍ਰਾਮ ਨੂੰ ਬੱਚੇ ਗ੍ਰਾਮਸ ਦੇ ਵਿੱਚ ਕਨਵਰਟ ਕਰਾਂਗੇ ਅਸੀਂ ਕੀ ਕੀਤਾ ਪਹਿਲਾਂ 10 raise to the power -3 ਦੇ ਨਾਲ ਮਲਟੀਪਲਾਈ ਕਰ ਦਿੱਤਾ ਮਿਲੀ ਨੂੰ ਕਨਵਰਟ ਕੀਤਾ 10 raise to the power -3 grams ਦੇ ਵਿੱਚ ਹੁਣ grams ਨੂੰ ਅਸੀਂ ਕਿਲੋਗ੍ਰਾਮਸ ਦੇ ਵਿੱਚ ਕਨਵਰਟ ਕਰਨਾ ਅਗੇਨ ਮਲਟੀਪਲਾਈ ਕਰਾਂਗੇ 10 power, -3 ਦੇ ਨਾਲ ਸੋ ਗ੍ਰਾਮਸ ਨੂੰ ਕਿਲੋਗ੍ਰਾਮਸ ਦੇ ਵਿੱਚ ਕਨਵਰਟ ਕਰ ਦਿੱਤਾ ਹੁਣ ਕਿਲੋਗ੍ਰਾਮ ਵਾਟ ਨੂੰ ਬਚੇ ਨਿਊਟਨਸ ਦੇ ਵਿੱਚ ਕਨਵਰਟ ਕਰਨਾ ਤਾਂ ਕੀ ਕਰਾਂਗੇ 9.8 ਦੇ ਨਾਲ ਮਲਟੀਪਲਾਈ ਸੋ 9.8 ਦੇ ਨਾਲ ਮਲਟੀਪਲਾਈ ਕਰ ਦਿੱਤਾ ਤਾਂ ਨਿਊਟਨਸ ਦੇ ਵਿੱਚ ਆ ਗਿਆ ਕਿਉਂਕਿ ਫੋਰਸ ਦੇ ਬਚੇ ਯੂਨਿਟਸ ਜੋ ਹੁੰਦੇ ਆ ਨਿਊਟਨ ਦੇ ਵਿੱਚ ਹੁੰਦੇ ਆ ਕਲੀਅਰ ਹੋ ਗਈ ਜੀ ਗੱਲ ਬਾਕੀ ਹੁਣ ਵੈਲਿਊਸ ਤੁਹਾਨੂੰ ਸਾਰੀਆਂ ギਵਨ ਐ ਜਸਟ ਵੈਲਿਊਸ ਪੁੱਟ ਕਰੋ ਕੱਲਾ ਕੱਲਾ ਸਟੈਪ ਬਚੇ ਬਹੁਤ ਬਰੀਕੀ ਦੇ ਨਾਲ ਸੋਲਵ ਕੀਤਾ ਹੋਇਆ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਆਏਗੀ ਅਗਰ ਪ੍ਰੋਬਲਮ ਆਏਗੀ ਤਾਂ ਬੱਚੇ ਕਮੈਂਟ ਸੈਕਸ਼ਨ ਦੇ ਵਿੱਚ ਸਿਰਫ ਨੰਮੈਰਿਕਲ ਨੰਬਰ ਲਿਖ ਦੇਣਾ ਕਿ ਮੈਮ ਇਹ ਨਵਾਂ ਨੰਮੈਰਿਕਲ ਜਿਹੜਾ ਐਕਸਪਲੇਨ ਕਰ ਦਿਓ ਨੈਕਸਟ ਵੀਡੀਓ ਬੱਚੇ ਮੈਂ ਤੁਹਾਨੂੰ ਸਪੈਸ਼ਲ ਐਕਸਪਲੇਨੇਸ਼ਨ ਵਾਲੀ ਹੀ ਬਣਾ ਦਾਂਗੀ ਠੀਕ ਹੈ ਸੋ ਸੈਕੰਡ ਕੁਐਸਚਨ ਹੈ ਬੱਚੇ ਅਸੀਂ ਆਲਰੇਡੀ ਇਹ ਕੁਐਸਚਨ ਜਿਹੜਾ ਆ ਜਦੋਂ ਆਰਟੀਕਲ ਕੀਤਾ ਸੀ ਉਹਦੇ ਵਿੱਚ ਇਦਾਂ ਦਾ ਜੋ ਮੈਥਮੈਟਿਕਲ ਪੋਰਸ਼ਨ ਆ ਉਹ ਅਸੀਂ ਸੋਲਵ ਕੀਤਾ ਸੀ ਜਿਹਦੇ ਵਿੱਚ ਬੱਚੇ ਮਾਸ ਆਫ ਅਰਥ ਮਾਸ ਆਫ ਮੂਨ ਜਿਹੜਾ ਅਸੀਂ ਡਰਾਈਵ ਕੀਤਾ ਸੀ ਸੋ ਇਦਾਂ ਅਲੱਗ ਤੋਂ 2 ਮ ਆ ਸਕਦਾ ਆ ਕਲੀਅਰ ਹੋ ਗਿਆ ਸੋ ਬੱਚੇ ਸਾਰੇ ਨਮੈਰੀਕਲਸ ਆਪਣੀ ਬੁੱਕ ਆਪਣੀ ਨੋਟਬੁੱਕ ਦੇ ਉੱਪਰ ਨੋਟਾਉਨ ਕਰ ਲੈਣਾ ਸੋਲਵ ਕਰਕੇ ਦੇਖਣਾ ਨਮੈਰੀਕਲ ਜਿੰਨੇ ਜ਼ਿਆਦਾ ਸੋਲਵ ਕਰੋਗੇ ਉਦੋਂ ਹੀ ਸਮਝ ਲੱਗਣਗੇ ਠੀਕ ਹੈ ਨੈਕਸਟ ਬੱਚੇ ਜੋ ਕੁਐਸਚਨ ਆ दैट इज एस्केप वेलोसिटी ਜਿਹੜੀ ਅਸੀਂ ਪਤਾ ਕਰਨੀ ਆ ਐਸਕੇਪ ਵੈਲੋਸਿਟੀ ਕਿੰਨੀ ਆ ਸੋ ਬੱਚੇ ਐਸਕੇਪ ਵੈਲੋਸਿਟੀ ਦਾ ਫਾਰਮੂਲਾ 2g m r ਅਦਰਵਾਈਜ਼ ਬੱਚੇ ਤੁਸੀਂ ਕੀਤਾ ਹੋਣਾ v e 2gr ਠੀਕ ਹੈ ਸੋ ਇੱਥੇ ਬਚੇ ਅਸੀਂ ਕੈਪੀਟਲ ਜੀ ਜਿਹੜਾ ਆ ਸਾਨੂੰ ਰੇਡੀਅਸ ਧਰਤੀ ਦਾ ਰੇਡੀਅਸ 기ਵਨ 기ਵਨ ਆ ਮਾਸ ਆਫ ਜਿਹੜਾ ਮੂਨ ਆ ਸੌਰੀ ਉਹ 기ਵਨ ਆ ਤੇ ਰੇਡੀਅਸ ਮੂਨ ਦਾ 기ਵਨ ਆ ਇਸ ਕਰਕੇ ਅਸੀਂ ਆਹ ਵਾਲੀ ਚੀਜ਼ ਦੀ ਜਗ੍ਹਾ ਤੇ ਜੀ ਐਮ ਓਵਰ ਆਰ ਦੀ ਫਾਰਮ ਦੇ ਵਿੱਚ ਲਿਖ ਰਹੇ ਤਾਂ ਕਿ ਸਾਨੂੰ ਜੀ ਬੱਚੇ ਸਟੈਂਡਰਡ ਵੈਲਿਊ ਆ ਐਮ 기ਵਨ ਆ ਆਰ 기ਵਨ ਆ ਮੂਨ ਦਾ ਕਲੀਅਰ ਹੋ ਗਿਆ ਸੋ ਇਸ ਤਰੀਕੇ ਨਾਲ ਬੱਚੇ ਜਸਟ ਵੈਲਿਊਜ਼ ਪੁੱਟ ਕੀਤੀਆਂ ਸੌਲਵ ਕੀਤਾ ਤੇ ਤੁਹਾਡਾ ਆਨਸਰ ਆ ਜਾਏਗਾ ਨੈਕਸਟ ਕੁਐਸਚਨ ਆਜੋ

ਨੈਕਸਟ ਜਿਹੜਾ ਐਕਸਲੇਰੇਸ਼ਨ ਡਿਊ ਟੂ ਗ੍ਰੈਵਿਟੀ ਦਾ ਬੱਚੇ ਨਿਊਮੈਰੀਕਲ ਹੈ ਇਹ ਵੀ ਨਿਊਮੈਰੀਕਲ ਬੱਚੇ 2 ਮਾਰਕਸ ਦਾ ਐਗਜ਼ਾਮਸ ਦੇ ਅੰਦਰ ਪੁੱਛ ਲਿਆ ਜਾਂਦਾ that is gm over r square so this is the acceleration due to gravity simple ਬੱਚੇ ਤੁਸੀਂ ਫਾਰਮੂਲੇਸ ਦੇ ਵਿੱਚ ਵੈਲਿਊਜ਼ ਪੁੱਟ ਕਰਨੀਆਂ g গিਵਨ m গিਵਨ r গিਵਨ ਆ ਸਾਰੀ ਵੈਲਿਊਜ਼ ਪੁੱਟ ਕਰੋ ਤੇ ਆਨਸਰ ਆ ਜਾਏਗਾ then ਕੁਐਸਚਨ ਨੰਬਰ ਬੱਚੇ 7th ਹੈ ਇਹਦੇ ਵਿੱਚ ਇੱਕ ਨਿਊ ਵਰਡ ਤੁਹਾਡਾ ਹੋਏਗਾ ਡੈਂਸਿਟੀ ਬੱਚੇ গিਵ ਆ ਨਾ 5.5 ਗ੍ਰਾਮ ਪਰ ਸੈਂਟੀਮੀਟਰ ਕਯੂਬ ਪਰ ਸੀਸੀ ਦਾ ਮਤਲਬ ਹੁੰਦਾ ਆ ਸੈਂਟੀਮੀਟਰ ਕਯੂਬ ਬੱਚੇ ਤੇ 5.5 ਗ੍ਰਾਮ ਪਰ ਸੈਂਟੀਮੀਟਰ ਕਯੂਬ ਨੂੰ ਕਿਸ ਤਰੀਕੇ ਨਾਲ ਕਨਵਰਟ ਕਰਾਂਗੇ 5.5 ਗ੍ਰਾਮ ਪਰ ਸੈਂਟੀਮੀਟਰ ਕਯੂਬ ਬੱਚੇ 1 ਗ੍ਰਾਮ ਦੇ ਵਿੱਚ ਕਿੰਨੇ ਕਿਲੋਗ੍ਰਾਮ ਹੁੰਦੇ ਆ 1000 ਸੋ ਅਸੀਂ ਲਿਖ ਦਿੱਤਾ 1000 ਕਿਲੋਗ੍ਰਾਮ ਡਿਵਾਈਡਿਡ ਬਾਈ ਸੈਂਟੀਮੀਟਰ ਨੂੰ ਮੀਟਰ ਦੇ ਵਿੱਚ ਕਨਵਰਟ ਕੀਤਾ ਤਾਂ -2 क्योंकि इतने क्यूब आता बच्चे क्यूब लगा दो सो so, अस लिख रहे हैं टेन रिशू दा पावर थ्री डिवाइडेड बाय थ्री टूज आ सिक्स सो टेन रिशू द पावर माइनस सिक्स बच्चे माइनस सिक्स जदों उपर लेके जागे बच्चे माइनस थ्री आएगा सॉरी माइनस थ्री ठीक है वन डिवाइडेड बाय थाउजेंड ग्राम आएगा सो उपर लेके जाँगे तो की हो जाएगा प्लस का हो जाएगा सो so, प्लस दे सिक्स वैन बेसिस आर सेम दैन पावर आर एडिड सो सिक्स बच्चे थ्री माइनस किए तो कि आ गया टेन रिशू दावर थ्री ਕਲੀਅਰ ਹੋ ਗਿਆ ਜੀ ਸੋ ਇਸ ਤਰ੍ਹਾਂ ਅਸੀਂ ਇਹਨੂੰ ਕਨਵਰਟ ਕਰ ਦਿੱਤਾ ਕਿਲੋਗ੍ਰam ਪਰ ਮੀਟਰ ਕਯੂਬ ਦੇ ਵਿੱਚ ਕਲੀਅਰ ਹੋ ਗਿਆ 10 ਰੈਸ ਟੂ ਦੀ ਪਾਵਰ 3 ਕਿਸ ਤਰੀਕੇ ਨਾਲ ਆਇਆ ਕੱਲਾ ਕੱਲਾ ਸਟੈਪ ਬੱਚੇ ਮੈਂ ਤੁਹਾਨੂੰ ਐਕਸਪਲੇਨ ਕਰਕੇ ਦੱਸ ਦਿੰਦਾ ਨੈਕਸਟ ਆ ਜੀ ਇਕਵਲਸ ਟੂ ਜੀ ਐਮ ਓਵਰ ਆਰ ਸਕੁਅਰ ਕਿਉਂਕਿ ਉਹਨਾਂ ਨੇ ਕਿਹਾ ਕਿ ਵੈਲਿਊ ਆਫ ਜੀ ਪਤਾ ਕਰੋ ਸੋ ਜੀ ਬੱਚੇ ਸੀ ਵਿੱਚ ਡੈਂਸਿਟੀ 기ਵਨ ਆ ਸੋ ਡੈਂਸਿਟੀ ਦੀ ਫਾਰਮ ਦੇ ਵਿੱਚ ਅਸੀਂ ਇਹਨੂੰ ਲਿਖਾਂਗੇ ਇਸ ਤਰੀਕੇ ਨਾਲ ਬਾਕੀ ਬੱਚੇ ਫਾਰਮੂਲੇ ਦੇ ਅਕੋਰਡਿੰਗਲੀ ਜਸਟ ਵੈਲਿਊਜ਼ ਤੁਸੀਂ ਪੁੱਟ ਕਰਨੀਆਂ ਤਾਂ ਤੁਹਾਡਾ ਜਿਹੜਾ ਆਨਸਰ ਹੈ ਉਹ ਆ ਜਾਏਗਾ ਠੀਕ ਸੋ ਨੈਕਸਟ ਕੁਐਸਚਨ ਦੇਖ ਲਓ ਬੱਚੇ ਨੈਕਸਟ ਕੁਐਸਚਨ ਇਜ਼ 8ਥ ਕੁਐਸਚਨ ਹੈ ਵਿਚ ਇਜ਼ ਦਾ ਮੋਸਟ 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 ਇੰਪੋਰਟੈਂਟ ਕੁਐਸਚਨ ਸੋ ਬੱਚੇ ਇਦਾਂ ਦਾ ਕੁਐਸਚਨ ਜਿਹੜਾ ਆ ਤੁਹਾਨੂੰ ਤੁਹਾਡੀ ਬੁੱਕ ਦੇ ਵਿੱਚ ਵੀ ਕਰਵਾਇਆ ਗਿਆ ਸੀ ਸੋ ਧਿਆਨ ਨਾਲ ਦੇਖ ਲਓ ਬੱਚੇ ਹਾਊ ਮਚ ਅਬੋਵ ਦਾ ਸਰਫੇਸ ਆਫ ਅਰਥ ਡਸ ਦਾ ਐਕਸਲੇਰੇਸ਼ਨ ਡਿਊ ਟੂ ਗ੍ਰੈਵਿਟੀ ਰਿਡਿਊਸਡ ਬਾਈ ਜਦੋਂ ਵੀ ਬੱਚੇ ਬਾਈ ਵਰਡ ਯੂਜ਼ ਕੀਤਾ ਹੋਵੇ ਇਟ ਮੀਨਸ ਤੁਸੀਂ 100 ਦੇ ਵਿੱਚੋਂ ਜੋ ਵੀ ਟਰਮ ਗਿਵਨ ਆ ਉਹਨੂੰ ਮਾਈਨਸ ਕਰਾਂਗੇ ਤਾਂ ਵੀ ਗੇਟ 36% ਠੀਕ ਹੈ ਜੀ ਇਹਦਾ ਮਤਲਬ 36% ਦੇ ਨਾਲ ਜਿਹੜਾ ਤੁਸੀਂ ਪੂਰਾ ਨਿਊਮੈਰੀਕਲ ਸੋਲਵ ਕਰਨਾ ਆਦਰਵਾਇਜ਼ ਇਹੀ ਸੇਮ ਕੁਐਸਚਨ ਬੱਚੇ ਲਾਸਟ ਵੀਡੀਓ ਦੇ ਵਿੱਚ ਮੈਂ ਐਕਸਪਲੇਨ ਕਰ ਚੁੱਕੀ ਹਾਂ ਉੱਥੇ 36% ਸੀ ਕਲੀਅਰ ਹੋ ਗਿਆ ਸੋ ਬਾਕੀ ਸਾਰੀ ਕੈਲਕੂਲੇਸ਼ਨ ਡਿੱਟੋ ਸੇਮ ਆ ਸੋ ਟਰਾਈ ਕਰਕੇ ਦੇਖਣਾ ਪ੍ਰੋਬਲਮ ਹੋਏਗੀ ਤਾਂ ਪੁੱਛ ਲੈਣਾ ਨੈਕਸਟ ਕੁਐਸਚਨ ਆਜੋ ਔਨ ਅ ਪਲੈਨਟ whose size is the same and a mass four times as that of a Earth koi idda da planet leta jida jada size आओ same हाँ par mass four times greater है Earth नालो find the amount of work done to lift 3 kg mass vertically upward बच्चे vertically upward लेके जा रही हैं मतलब कि ऊपर वालों कोई चीज़ move हो रही है तो थी acceleration due to gravity आएगी आएगी so formula सादा की लगेगा g m over ਆਰ ਸਕੁਅਰ ਸੋ ਜੀ ਇਜ਼ ਇਕੁਅਲਸ ਟੂ ਜੀ ਐਮ ਓਵਰ ਆਰ ਸਕੁਅਰ ਪਹਿਲਾ ਬੱਚੇ ਅਰਥ ਦਾ ਨਿਕਾਲ ਲਿਆ ਸੋ ਅਰਥ ਦਾ ਮਾਸ ਅਰਥ ਦਾ ਰੇਡੀਅਸ ਅਰਥ ਦੀ ਗ੍ਰੈਵਿਟੀ ਕਲੀਅਰ ਹੋ ਗਿਆ ਸੋ ਬੱਚੇ ਆ ਵਾਲਾ ਫਾਰਮੂਲਾ ਲਗਾ ਕੇ ਪਹਿਲਾਂ ਤੁਸੀਂ ਅਰਥ ਵਾਲਾ ਜਿਹੜੀ ਆ ਸਾਰੀ ਕੈਲਕੂਲੇਸ਼ਨ ਸੋਲਵ ਕਰ ਲੈਣੀ ਆ ਦੈਨ ਲਾਸਟ ਵਿੱਚ ਕੀ ਕਰਨਾ ਸੀ ਵਰਕ ਡਨ ਫਾਈਂਡ ਆਊਟ ਕਰਨਾ ਬੱਚੇ ਵਰਕ ਡਨ ਮਤਲਬ ਕਿੰਨਾ ਹੋਏਗਾ ਪੋਟੈਂਸ਼ੀਅਲ એનર્ਜੀ ਦੈਟ ਇਜ਼ ਐਮ ਜੀ ਐਚ ਸੋ ਐਮ ਜੀ ਐਚ ਬੱਚੇ ਫਰਦਰ ਇਹਨੂੰ ਸੋਲਵ ਕਰੋ ਪੁੱਟ ਕਰੋ ਤੇ ਤੁਹਾਡਾ ਆਨਸਰ ਆ ਜਾਏਗਾ ਪਹਿਲਾਂ ਬੱਚੇ ਅਰਥ ਦਾ ਫਾਈਂਡ ਆਊਟ ਕਰਨਾ ਗ੍ਰੈਵਿਟੀ ਥੈਨ ਸੋ ਬੱਚੇ ਪਲੈਨਟ ਦੀ ਵੈਲਿਊ ਫਾਈਂਡ ਆਊਟ ਕਰਨੀ ਆ ਥੈਨ ਤੁਸੀਂ ਜਿਹੜੀ ਆ ਇੱਥੇ ਜੀ ਪੀ ਪੁੱਟ ਕਰਨਾ ਆ ਮਤਲਬ ਕਿ ਗ੍ਰੈਵਿਟੀ ਆਫ ਪਲੈਨਟ ਕਲੀਅਰ ਹੋ ਗਿਆ ਨੈਕਸਟ ਬੱਚੇ ਕੁਐਸਚਨ ਨੰਬਰ 10th ਹੈ ਦਿਸ ਇਸ ਆਲਸੋ ਇੰਪੋਰਟੈਂਟ ਕੁਐਸਚਨ ਸੋ ਟਾਈਮ ਪੀਰੀਅਡ ਅਸੀਂ ਫਾਈਂਡ ਆਊਟ ਕਰਨਾ ਆ ਬੱਚੇ ਟਾਈਮ ਪੀਰੀਅਡ ਦਾ ਆਰਟੀਕਲ ਪੇਪਰ ਦੇ ਵਿੱਚ ਘੱਟ ਪੁੱਛਿਆ ਜਾਂਦਾ ਬਟ ਇਹਦਾ ਨਿਊਮੈਰੀਕਲਸ 3 ਮਾਰਕਸ ਦਾ ਜਿਹੜਾ ਆ ਪੁੱਛ ਲਿਆ ਜਾਂਦਾ ਠੀਕ ਹੈ ਨੈਕਸਟ ਆ ਬੱਚੇ ਵੀ ਸਿਮਿਲਰ ਕੁਐਸਚਨ ਹੈ ਸੋ ਜਿਹੜਾ ਗ੍ਰੈਵਿਟੇਸ਼ਨ ਫੋਰਸ ਵਾਲਾ ਫਾਰਮੂਲਾ ਆ ਦੈਨ ਉਹਦੇ ਵਿੱਚ ਮਾਸ ਪਤਾ ਕਰਨ ਲਈ ਕਿਹਾ ਮਤਲਬ ਕਿ ਮਾਸ ਨੂੰ ਇੱਕ ਪਾਸੇ ਲੈ ਜਾਣਾ ਦੈਨ ਉਹਨੂੰ ਸੋਲਵ ਕਰ ਲਓ ਕੈਲਕੂਲੇਸ਼ਨ ਤੁਹਾਡਾ ਆਨਸਰ ਜਿਹੜਾ ਆ ਆ ਜਾਏਗਾ ਨੈਕਸਟ ਕੁਐਸਚਨ ਨੰਬਰ 12th ਦੇਖ ਲਓ 13th ਬੱਚੇ 13th ਕੁਐਸਚਨ ਇਜ਼ ਅ ਮੋਸਟ ਇੰਪੋਰਟੈਂਟ ਕੁਐਸਚਨ ਥਿਸ ਇਜ਼ ਇੰਪੋਰਟੈਂਟ ਕੁਐਸਚਨ ਇਹ ਕੁਐਸਚਨ ਬੱਚੇ ਸਮ ਟਾਈਮ ਐਸ ਸੱਚ ਤੁਹਾਡੇ ਐਗਜ਼ਾਮ ਦੇ ਅੰਦਰ ਇਦਾਂ ਹੀ ਪੁੱਛ ਲਿਆ ਜਾਂਦਾ ਹੈ ਸੋ ਬੱਚੇ ਨੈਕਸਟ ਦੇਖੋ ਅ ਬਾਡੀ ਵੇਜ 64 ਨਿਊਟਨ ਔਨ ਅ ਸਰਫੇਸ ਆਫ ਅਰਥ ਵਿਚ ਇਜ਼ ਗ੍ਰੈਵੀਟੇਸ਼ਨਲ ਫੋਰਸ ਔਨ ਇਟ ਡਿਊ ਟੂ ਦਾ ਅਰਥ ਐਟ ਦਾ ਹਾਈਟ ਇਕੁਅਲ ਟੂ ਦਾ ਹਾਫ ਆਫ ਦਾ ਰੇਡੀਅਸ ਸੋ ਬੱਚੇ ਵੇਜ ਗਿਵਨ ਹੈ ਤੁਹਾਨੂੰ ਵੇਜ ਦਾ ਮਤਲਬ ਕੀ ਆ w ਇਜ਼ ਇਕੁਅਲ ਟੂ 64 ਨਿਊਟਨ ਸੋ ਵੇਜ ਕੇ ਦੇ ਇਕੁਅਲ ਹੁੰਦਾ ਮਾਸ ਇਨਟੂ ਐਕਸਲਰੇਸ਼ਨ ਦੈਟ ਇਜ਼ mg ਇਜ਼ ਇਕੁਅਲ ਟੂ 64 ਨਿਊਟਨ ਹੁਣ ਬੱਚੇ ਸਾਨੂੰ ਸਿਰਫ ਮਾਸ ਫਾਈਂਡ ਆਊਟ ਕਰਨਾ ਸੋ ਮਾਸ ਕੇ ਦੇ ਇਕੁਅਲ ਆਏਗਾ 64 ਡਿਵਾਈਡਿਡ ਬਾਈ g ਹੁਣ g ਉਹਦੇ ਪੈਰਾਂ ਚ ਗਿਆ ਬੱਚੇ g ਦੀ ਵੈਲਿਊ ਕਿੰਨੀ ਹੁੰਦੀ ਆ 9.8 ਇਹਨੂੰ ਰਾਉਂਡ ਆਫ ਕਰਕੇ ਲਿਖ ਦਿੱਤਾ ਅਸੀਂ 10 ਸੋ ਸਾਡੇ ਕੋਲ ਕਿੰਨਾ ਆ ਗਿਆ 6.4 kg clear ho gaya so itthe bache 64 newton aayega 6.4 nahi hai so this is 6.4 kg clear ho gaya then bache g dash hi find out karna just values hi a so values de vich bache apni given values jehdiyan put kar do jehda final thada answer aa jayega ਬੱਚੇ ਨੈਕਸਟ ਕੁਐਸਚਨ ਆ ਰਿਮੋਟ ਸੈਂਸਿੰਗ ਸੈਟਲਾਈਟ ਸੋ ਰਿਮੋਟ ਸੈਂਸਿੰਗ ਸੈਟਲਾਈਟ ਦੇ ਵਿੱਚ ਬੱਚੇ ਤੁਸੀਂ অরਬਿਟਲ ਵੈਲੋਸਿਟੀ ਸਪੀਡ ਪੀਰੀਆਡਿਕ ਰਿਵਲੂਸ਼ਨ ਆਫ ਸੈਟਲਾਈਟ ਇਕਸਟਰਾ ਜਿਹੜਾ ਤੁਸੀਂ ਫਾਈਂਡ ਆਊਟ ਕਰਨਾ ਹੈ ਨੈਕਸਟ ਦੇਖਦੇ ਆ ਰਜੀ ਜਸਟ ਵੈਲਿਊਜ਼ ਹੀ ਪੁੱਟ ਕਰਨੀਆਂ ਪਹਿਲਾਂ ਵੈਲੋਸਿਟੀ ਦੀ ਵੈਲਿਊ ਸਾਨੂੰ ਪਤਾ ਬੱਚੇ অরਬਿਟਲ ਵੈਲੋਸਿਟੀ ਅਸੀਂ ਆਰਟੀਕਲ ਸੋਲਵ ਕਰ ਚੁੱਕੇ ਹਾਂ ਸੋ V R √2 2 R S ਸੋ ਬੱਚੇ ਸਾਰੀਆਂ ਵੈਲਿਊ ਸਾਨੂੰ ਆਲਰੇਡੀ 기ਵਨ ਹੈ ਦੈਨ पीरीयड ऑफ रेवोल्यूशन हों टाइम पीरीयड सो टाइम पीरीयड की बची अभी फॉर्मूला अस ड्राइव कर चुके हैं सो जस्ट वैल्यूज पुट करनी सॉल्व करना आंसर आ जाएगा नैक्सट क्वेश्चन बची टू मार्क्स का क्वेश्चन इंपॉर्टेंट क्वेश्चन आ इफ अर्थ बी एट वन हाफ इट्स प्रेजेंट डिस्टेंस फ्रॉम द सन मान लो वन हाफ है वन हाफ का मतलब है असं सब तो पहला बची सूँ फॉर्मुला पता है टी टू ओवर टी वन इज इक्व टू आर टू ओवर आर वन ਆ ਚੀਜ਼ ਬੱਚੇ ਸਾਨੂੰ ਪਤਾ ਸੋ ਇਹਦੀ ਵੈਲਿਊ ਕਿੰਨੀ ਆ ਸਾਡੀ 3 ওভার 2 ਆ ਚੀਜ਼ ਸਾਨੂੰ ਫਾਰਮੂਲਾ 기ਵਨ ਹੈ ਹਾਊ ਮਚ ਡਸ ਡੇਜ਼ ਵਿਲ ਥੇਅਰ ਬੀ ਇਨ 에ਅਰ ਸੋ ਇੱਕ ਸਾਲ ਦੇ ਵਿੱਚ ਕਿੰਨੇ 에ਅਰਸ ਹੋਣਗੇ ਪਹਿਲਾਂ ਤਾਂ ਬੱਚੇ ਪਹਿਲੀ ਲਾਈਨ ਤੋਂ 1/2 ਆਫ ਇਟਸ ਪ੍ਰੈਜ਼ੈਂਟ ਡਿਸਟੈਂਸ 1/2 ਮਤਲਬ ਮੰਨ ਲਓ ਬੱਚੇ ਪ੍ਰੈਜ਼ੈਂਟ ਡਿਸਟੈਂਸ R1 ਦੀ ਜਗ੍ਹਾ ਤੇ ਲਿਖ ਲਓ R ਔਰ R2 ਦੀ ਜਗ੍ਹਾ ਤੇ ਲਿਖ ਲਓ R ওভার 2 ਠੀਕ ਹੈ ਹਾਫ ਕਰ ਦੋ ਅੱਧ ਕਰ ਦਿੱਤਾ ਸੋ ਕਿੰਨਾ ਆ ਗਿਆ ਬੱਚੇ T2 ਟਾਈਮ ਇੱਕ ਸਾਲ ਦੇ ਵਿੱਚ ਕਿੰਨੇ ਦਿਨ ਹੁੰਦੇ ਆ 365 ਡੇਜ਼ R 2 ਦੀ ਜਗ੍ਹਾ ਤੇ ਲਿਖ ਦਿੱਤਾ R 2 ਔਰ R1 ਦੀ ਜਗ੍ਹਾ ਤੇ ਲਿਖ ਦਿੱਤਾ R ਡਨ ਐਨੀ ਚੀਜ਼ ਹੋ ਗਈ ਲੋ ਜੇ ਕਲੀਅਰ ਦੈਨ ਆ ਵਾਲਾ 2 ਬੱਚੇ نیچے ਲੈ ਆਓ ਤੇ R ਦੇ ਨਾਲ R ਜਿਹੜਾ ਕੈਨਸਲ ਹੋ ਜਾਏਗਾ ਡਨ ਸੋ ਸਾਡੇ ਕੋਲ ਕਿੰਨਾ ਆ ਗਿਆ 365 ਡੇਜ਼ ਬੱਚੇ ਇਹਨੂੰ ਅਸੀਂ ਇਸ ਤਰੀਕੇ ਨਾਲ ਲਿਖ ਸਕਦੇ ਹਾਂ 1 2 ਅੰਡਰ ਰੂਟ ਹਟਾ ਦਿਓ ਇਦੀ ਜਗ੍ਹਾ ਤੇ ਇਸ ਤਰੀਕੇ ਨਾਲ ਅਸੀਂ ਲਿਖ ਸਕਦੇ ਹਾਂ 1/2 ਨੂੰ ਬੱਚੇ ਕਿਹਦੀ ਫਾਰਮ ਦੇ ਵਿੱਚ ਲਿਖ ਦਿੱਤਾ ਅੰਡਰ ਰੂਟ ਦੀ ਫਾਰਮ ਦੇ ਵਿੱਚ ਉੱਪਰ 3 ਸੀ ਤਾਂ ਉਹਦੀ ਪਾਵਰ ਆ ਗਈ 3 ਸੋ ਆ ਗਿਆ 365 ਡਿਵਾਈਡਿਡ ਬਾਈ 2 2ਸ 4 4ਸ 8 ਸੋ 1/8 ਠੀਕ ਹੈ ਬੱਚੇ 8 ਟਰਮ ਆ ਗਈ ਤੁਹਾਡੀ ਸੋ ਇਹਨੂੰ ਵੀ ਇੱਥੇ ਬੱਚੇ ਆਰ ਨਹੀਂ ਆਏਗਾ ਹੁਣ ਠੀਕ ਹੈ ਸੋ ਆਹ ਵਾਲਾ ਜਿਹੜਾ 8 ਆ ਉਹ ਬਾਹਰ ਨਿਕਲ ਗਿਆ ਦੈਨ ਇਨੂੰ ਕਿੱਦਾਂ ਲਿਖ ਸਕਦੇ ਆ 2 2 ਦਾ 4 4 2 ਦਾ 8 ਸੋ 2 ਬਾਰ ਨਿਕਲਤਾ ਓਨਲੀ 2 ਜਿਹੜਾ ਅੰਦਰ ਬਚ ਗਿਆ ਸੋ ਅੰਡਰ ਰੂਟ 2 ਦੀ ਵੈਲਿਊ ਕਿੰਨੀ ਆ 1.414 ਸੋ ਬੱਚੇ ਇਹਨੂੰ ਸੋਲਵ ਕਰਕੇ ਦੇਖ ਲਓ ਜਿਹੜੀ ਤੁਹਾਡੀ ਇਸ ਤਰੀਕੇ ਨਾਲ ਆਨਸਰ ਆ ਜਾਏਗਾ ਸੋ ਕਦੀ ਵੀ ਫ੍ਰੈਕਸ਼ਨਸ ਦੇ ਵਿੱਚ ਅਸੀਂ ਆਨਸਰਸ ਨਹੀਂ ਆਨਸਰ ਨਹੀਂ ਲਿਖਾਂਗੇ ਡੇਜ਼ ਮੰਨ ਲਓ ਤੁਹਾਡਾ ਬੱਚੇ 1 29.1 ਵੀ ਆ ਜਾਂਦਾ ਤਾਂ 129 ਡੇਜ਼ ਹੀ ਲਿਖਣੇ ਸੀ ਕਲੀਅਰ ਹੋ ਗਿਆ ਬੱਚੇ ਕੈਲਕੂਲੇਸ਼ਨ ਕਲੀਅਰ ਹੋ ਗਈ ਸੋ ਨੈਕਸਟ ਕੁਐਸਚਨ ਵੀ ਬੱਚੇ ਇਹਦੇ ਨਾਲ ਮੈਚ ਕਰਦਾ ਆ ਸੋ ਕੋ ਟ੍ਰਾਈ ਕਰਕੇ ਦੇਖੋ ਸੋ ਇਹ ਵੀ ਕੁਐਸਚਨ ਬੱਚੇ 2 ਜਾਂ 3 ਮਾਰਕਸ ਦਾ ਕੁਐਸਚਨ ਜਿਹੜਾ ਆ ਇਹ ਆ ਸਕਦਾ ਆ ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ 19th ਕੁਐਸਚਨ ਤੱਕ ਹੀ ਡਿਸਕਸ ਕਰਾਂਗੇ 19th ਕੁਐਸਚਨ ਤੱਕ ਤੁਹਾਨੂੰ ਕਿਸੇ ਵੀ ਕੁਐਸਚਨ 'ਚ ਕੋਈ ਪ੍ਰੋਬਲਮ ਹੈ ਤਾਂ ਬੱਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦੇਣਾ ਨੈਕਸਟ ਵੀਡੀਓ ਜਿਹੜੀ ਆ 20th ਨੰਮਰਿਕਲ ਤੋਂ ਲੈ ਕੇ ਨੈਕਸਟ ਨੰਮਰਿਕਲ ਆਪਾਂ ਡਿਸਕਸ ਕਰਾਂਗੇ ਜਿਹੜੇ ਨੰਮਰਿਕਲ ਬੱਚੇ ਤੁਸੀਂ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਲਿਖੋਗੇ ਕਿ ਇਸ ਨੰਮਰਿਕਲ ਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਉਹੀ ਨਿਊਮੈਰੀਕਲ ਬੱਚੇ ਨੈਕਸਟ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਪਹਿਲਾਂ ਐਕਸਪਲੇਨ ਕਰ ਦਿੱਤਾ ਜਾਏਗਾ ਮਤਲਬ ਹੈਂਡ ਰਿਟਨ ਪ੍ਰੋਪਰ ਕੱਲਾ ਕੱਲਾ ਸਟੈਪ ਜਿਹੜਾ ਤੁਹਾਨੂੰ ਐਕਸਪਲੇਨ ਕਰ ਦਿੱਤਾ ਜਾਏਗਾ ਸੋ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਗਰ ਚੈਨਲ ਤੇ ਫਸਟ ਟਾਈਮ ਆਇਓ ਤਾਂ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਥੈਂਕ ਯੂ ਸੋ ਮੱਚ